ਜਦੋਂ ਵੀ ਅਸੀਂ ਜਾਂਦੇ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਇਹ ਸਰਕਾਰ ਸਾਡੇ ਨਾਲ ਇੱਕੋ ਹੀ ਗੱਲ ਕਰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ। ਅੱਜ ਸਾਡੀਆਂ ਭੈਣਾਂ 'ਚ ਜਿੰਨਾ ਕੁ ਬਚਿਆ ਖੂਨ ਹੈ, ਜੋ ਖੂਨ ਨਾਲ ਮਤਲਬ ਖਜ਼ਾਨਾ ਭਰ ਰਹੀ ਹੈ ਇਹਨਾਂ ਦਾ, ਅਸੀਂ ਮੰਗ ਪੱਤਰ ਦੇ ਨਾਲ ਆਪਣੀ ਖੂਨ ਦੀਆਂ ਬੋਤਲਾਂ ਵੀ ਦੇਵਾਂਗੇ। ਅੱਜ ਹੋਰ ਸਾਡਾ ਕੋਈ ਧਰਨਾ ਨਹੀਂ ਹੈਗਾ, ਕੋਈ ਮੁਜ਼ਾਹਰਾ ਨਹੀਂ ਹੈਗਾ, ਸਿਰਫ ਅਸੀਂ ਖੂਨ ਦਾਨ ਕਰਕੇ ਖੂਨ ਰਾਹੀਂ ਮੰਗ ਪੱਤਰ ਦੇਵਾਂਗੇ ਜੀਤ ਸਾਹਿਬ ਨੂੰ। ਅਸੀਂ ਖੂਨ ਦਾਨ ਨਹੀਂ ਕਰ ਰਹੇ ਜੀ, ਅਸੀਂ ਤਾਂ ਮਤਲਬ ਅੱਜ ਇੱਕ ਮੰਗ ਪੱਤਰ ਦੇਣਾ ਜੀ। 6 ਮਾਰਚ ਨੂੰ ਇੱਕ ਅਸੀਂ ਜੇਲ੍ਹ ਭਰੋ ਅੰਦੋਲਨ ਕਰਨਾ, ਉਹਦੇ ਸੰਬੰਧ ਵਿੱਚ ਅੱਜ ਸਿਰਫ ਮੰਗ ਪੱਤਰ ਦੇਣ ਆਏ ਸੀ। ਆਉਣ ਵਾਲੀ ਜਿਹੜਾ 6 ਮਾਰਚ ਆ ਉਹਦੇ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜੇਲ੍ਹ ਭਰੋ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਜੇਲ੍ਹਾਂ ਦੇ ਵਿੱਚ ਜਾਵਾਂਗੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਤਾਦਾਦ ਵਿੱਚ ਆਂਗਨਵਾੜੀ ਵਰਕਰਾਂ ਪ੍ਰਦਰਸ਼ਨ ਕਰਨ ਪਹੁੰਚੀਆਂ, ਜਿਨ੍ਹਾਂ ਨੇ ਆਪਣਾ ਖੂਨ ਕੱਢ ਕੇ ਸਰਕਾਰ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਇਹ ਸਰਕਾਰਾਂ ਸਾਡਾ ਖੂਨ ਪੀਸ ਰਹੀਆਂ ਹਨ ਅਤੇ ਜਿਹੜਾ ਖੂਨ ਉਹਨਾਂ ਦਾ ਬਚਿਆ ਹੈ ਉਹ ਸਰਕਾਰ ਨੂੰ ਕੱਢ ਕੇ ਦੇ ਰਹੇ ਹਨ। ਜਾਣਕਾਰੀ ਦਿੰਦਿਆਂ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਇਹ ਹਨ ਕਿ ਸਰਕਾਰ ਨੇ ਉਹਨਾਂ ਦੇ ਜਿਹੜੇ ਬੱਚੇ ਆਂਗਨਵਾੜੀ ਸੈਂਟਰਾਂ ਵਿੱਚੋਂ ਕੱਢ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਗਏ ਹਨ ਉਹਨਾਂ ਨੂੰ ਵਾਪਸ ਦਿੱਤੇ ਜਾਣ। ਇਸ ਮੌਕੇ ਆਂਗਨਵਾੜੀ ਵਰਕਰਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ 6 ਮਾਰਚ ਤੋਂ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨਗੇ। ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਸਿੰਦਰ ਕੌਰ ਬੜੀ ਜੀ। ਬੜੀ ਜੀ, ਤੁਸੀਂ ਅੱਜ ਕਿਵੇਂ ਇੱਥੇ ਧਰਨਾ ਦਿੱਤਾ ਵਿਸਥਾਰਪੂਰਵਕ? ਅਸੀਂ ਧਰਨਾ ਦਿੱਤਾ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਸਰਕਾਰ ਦੀਆਂ ਮਿੰਨਤਾਂ ਤਰਲੇ ਕਰਦੇ ਆਉਂਦੇ ਹਾਂ, ਲੜਾਈਆਂ ਲੜੀਆਂ ਨੇ, ਧਰਨੇ ਦਿੱਤੇ ਆ, ਪਰ ਅੱਜ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਪ੍ਰਤੀ ਕੋਈ ਪੂਰਾ ਧਿਆਨ ਨਹੀਂ ਦਿੱਤਾ। ਕਿਉਂਕਿ ਜਿਹੜੀ ਇਹ ਸਕੀਮ ਚੱਲੀ ਸੀਗੀ ਇਹ ਲੋਕਾਂ ਦੇ ਲਈ ਚੱਲੀ ਸੀਗੀ ਵੀ ਲੋਕਾਂ ਨੂੰ ਲਾਭ ਦਿੱਤੇ ਜਾਣ ਇਹਨਾਂ ਦੇ, ਜੋ ਬਿਮਾਰ ਨੇ ਉਹਨਾਂ ਨੂੰ ਤੰਦਰੁਸਤ ਬਣਾਇਆ ਜਾਵੇ, ਪਰ ਵਰਕਰ ਹੈਲਪਰ ਦਾ ਸਰਕਾਰ ਨੇ ਖੂਨ ਚੂਸ ਲਿਆ। ਉਸ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਪਣਾ ਖੂਨਦਾਨ ਕਰ ਰਹੇ ਹਾਂ। ਉਸ ਖੂਨ ਦੇ ਨਾਲ ਅਸੀਂ ਅੱਜ ਖਤ ਲਿਖ ਕੇ DC ਸਾਹਿਬ ਨੂੰ ਦੇਵਾਂਗੇ ਤਾਂ ਕਿ ਆਉਣ ਵਾਲੀ ਜਿਹੜਾ 6 ਮਾਰਚ ਆ ਉਹਦੇ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜੇਲ੍ਹ ਭਰੋ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਜੇਲ੍ਹਾਂ ਦੇ ਵਿੱਚ ਜਾਵਾਂਗੇ। ਇਸ ਅੱਜ ਹੋਰ ਸਾਡਾ ਕੋਈ ਧਰਨਾ ਨਹੀਂ ਹੈਗਾ, ਕੋਈ ਮੁਜ਼ਾਹਰਾ ਨਹੀਂ ਹੈਗਾ, ਸਿਰਫ ਅਸੀਂ ਖੂਨ ਦਾਨ ਕਰਕੇ ਖੂਨ ਰਾਹੀਂ ਮੰਗ ਪੱਤਰ ਦੇਵਾਂਗੇ ਜੀਤ ਸਾਹਿਬ ਨੂੰ। ਮੈਡਮ, ਨਾਮ ਕੀ ਤੁਹਾਡਾ ਜੀ? ਗੁਰਮੇਲ ਕੌਰ ਜੀ। ਤੁਸੀਂ ਅੱਜ ਕਿਵੇਂ ਖੂਨਦਾਨ ਕਿਵੇਂ ਕਰ ਰਹੇ ਹੋ, ਵਿਸਥਾਰਪੂਰਵਕ ਦੱਸੋ ਜੀ। ਅਸੀਂ ਖੂਨਦਾਨ ਨਹੀਂ ਕਰ ਰਹੇ ਜੀ, ਅਸੀਂ ਤਾਂ ਮਤਲਬ ਅੱਜ ਇੱਕ ਮੰਗ ਪੱਤਰ ਦੇਣਾ ਜੀ। 6 ਮਾਰਚ ਨੂੰ ਇੱਕ ਅਸੀਂ ਜੇਲ੍ਹ ਭਰੋ ਅੰਦੋਲਨ ਕਰਨਾ, ਉਹਦੇ ਸੰਬੰਧ ਵਿੱਚ ਅੱਜ ਸਿਰਫ ਮੰਗ ਪੱਤਰ ਦੇਣ ਆਏ ਸੀ। ਮੰਗ ਪੱਤਰ ਅਸੀਂ ਦੇ ਕੇ ਸਰਕਾਰ ਨੂੰ ਥੱਕ ਚੁੱਕੇ ਹਾਂ ਜੀ, ਪਰ ਅੱਜ ਸਾਡਾ ਖੂਨ ਪੀ ਲਿਆ ਸਰਕਾਰ ਨੇ। ਕਿੰਨੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਧਰਨੇ ਮੁਜ਼ਾਹਰੇ ਲਗਾਤਾਰ ਕਰ ਰਹੇ ਹਾਂ, ਜਿਹੜਾ ਅੱਜ ਖੂਨ ਸਾਡਾ ਰਹਿ ਗਿਆ ਬਾਕੀ ਬਚਦਾ ਉਹ ਅੱਜ ਅਸੀਂ ਸਰਕਾਰ ਨੂੰ ਦੇ ਕੇ ਚੱਲੇ ਹਾਂ ਜੀ। ਇਹ ਆਪਣਾ ਖਜ਼ਾਨਾ ਭਰ ਲੈਣ, ਜਦੋਂ ਵੀ ਅਸੀਂ ਜਾਂਦੇ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਇਹ ਸਰਕਾਰ ਸਾਡੇ ਨਾਲ ਇੱਕੋ ਹੀ ਗੱਲ ਕਰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ। ਅੱਜ ਸਾਡੀਆਂ ਭੈਣਾਂ 'ਚ ਜਿੰਨਾ ਕੁ ਬਚਿਆ ਖੂਨ ਹੈ, ਜੋ ਖੂਨ ਨਾਲ ਮਤਲਬ ਖਜ਼ਾਨਾ ਭਰ ਰਹੀ ਹੈ ਇਹਨਾਂ ਦਾ, ਅਸੀਂ ਮੰਗ ਪੱਤਰ ਦੇ ਨਾਲ ਆਪਣੀ ਖੂਨ ਦੀਆਂ ਬੋਤਲਾਂ ਵੀ ਦੇਵਾਂਗੇ ਜੀ। ਜੇਕਰ ਤੁਹਾਡਾ ਸਰਕਾਰ ਕਹਿਣਾ ਨਹੀਂ ਮੰਨੇਗੀ, ਉਸ ਤੋਂ ਬਾਅਦ ਕੀ ਅੰਦੋਲਨ? ਉਸ ਤੋਂ ਬਾਅਦ ਜੀ 6 ਮਾਰਚ ਨੂੰ ਫਿਰ ਅਸੀਂ ਜੇਲ੍ਹ ਭਰੋ ਅੰਦੋਲਨ ਕਰਾਂਗੇ, ਜਿਹਦੇ ਵਿੱਚ ਸਾਡੀ ਇਕੱਲੀ ਇਕੱਲੀ ਵਰਕਰ ਹੈਲਪਰ ਅਤੇ ਸਾਡੇ ਬੱਚੇ ਵੀ ਆ ਸਕਦੇ ਜੀ ਉਸ ਅੰਦੋਲਨ ਦੇ ਵਿੱਚ। ਸੰਗਰੂਰ ਤੋਂ ਹਰਕਮਲ ਸਿੰਘ ਹੈਪੀ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।